ਦੋਸਤੋ ਕੀ ਹਾਲ ਹੈ? ਠੀਕ ਠਾਕ ਉਸੇ ਤੱਕ ਦਾ ਠੀਕ ਨੇ ਉਹ ਦੋਸਤੋ, ਤਿੰਨ ਜੋੜੇ ਨੇ, ਠੀਕ ਹੈ, ਸ਼ੋਪ ਕਰ ਲੈਣਾ ਆਹ ਫਿਰੋਜ਼ਪੁਰੀ ਨਾਰ ਅਤੇ ਆਹ ਸੇਬੇ ਵਾਲੀ ਮਾਦੀ ਚੀਨੀ, ਠੀਕ ਹੈ, ਇੱਕ ਸੇਬੇ ਵਾਲਾ ਜੋੜਾ ਹੋਰ ਹੈਗਾ ਜੀ, ਆਹ ਮਾਦੀ ਹੈ ਅਤੇ ਆਹ ਨਾਰ ਹੈ ਚੀਨਾ, ਠੀਕ ਹੈ। ਇਹ ਤਿੰਨ ਜੋੜੇ ਆ ਬੋਸ, ਇੱਕ ਹੈਗਾ ਜੀ ਮੈਲੀਆਂ ਅੱਖਾਂ ਜੋੜਾ, ਆਹ ਨਾਰ ਹੈ ਇਹਦਾ ਅਤੇ ਆਹ ਅਗਲੀ ਮਾਦੀ ਹੈ, ਠੀਕ ਹੈ। ਬਾਕੀ ਅੱਖਾਂ ਦਾ ਮੈਂ ਤੁਹਾਨੂੰ ਸ਼ੋ ਕਰਵਾ ਦਾਂਗਾ, ਆਹ ਜੋੜਾ ਕੱਟਿਆ ਵਾ, ਬਾਕੀ ਦੋ ਜੋੜੇ ਸਾਰ ਨੇ ਅਤੇ ਬਾਕੀ ਜਿਨ੍ਹਾਂ ਜੋੜਿਆ ਦੋਸਤਾਂ ਦੇ ਪੈਸੇ ਆਏ ਨੇ ਤਾਂ ਟੈਨਸ਼ਨ ਨਾ ਲਿਆ ਕਰੋ, ਆਪਣੇ ਵਾਲੀ ਚੀਕਾਂ ਨਾ ਮਾਰਿਆ ਕਰੋ, ਠੀਕ ਹੈ। ਦੋ ਦੋ ਤਿੰਨ ਤਿੰਨ ਮਹੀਨੇ ਮੈਂ ਵੀ ਚਾਰ ਚਾਰ ਮਹੀਨੇ ਵੇਟ ਕਰਦਾ ਵਾਂ ਅਤੇ ਤੁਸੀਂ ਇਹ ਮੈਂ ਅੱਗੇ ਪਿੱਛੇ ਕਿਤੇ ਹੋ ਹੀ ਜਾਂਦਾ ਵਾ ਬੰਦਾ ਅਤੇ ਤੁਸੀਂ ਚੀਕਾਂ ਮਾਰਨ ਲੱਗ ਪੈਂਦੇ ਨਾਲ ਹੀ, ਇਹ ਟੈਨਸ਼ਨ ਨਾ ਲਿਆ ਕਰੋ, ਠੀਕ ਹੈ। ਤੁਹਾਡੇ ਤਾਂ ਹੁੰਦਾ ਹੀ ਵੀਹ ਵੀਹ ਪੰਦਰਾਂ ਪੰਦਰਾਂ ਹਜ਼ਾਰ ਆ ਅਤੇ ਮੇਰਾ ਲੱਖ ਲੱਖ ਹੁੰਦਾ ਵਾ, ਠੀਕ ਹੈ। ਸਾਡੇ ਪੈਸੇ ਪੈਸੇ ਨਹੀਂ, ਤੁਹਾਡੇ ਪੈਸੇ ਪੈਸੇ ਨੇ, ਠੀਕ ਹੈ। ਅਤੇ ਬਾਕੀ ਅੱਲਾ ਖੈਰ ਕਰੇ, ਕਿਤੇ ਨਹੀਂ ਮੈਂ ਚੱਲਾਂ, ਮੈਂ ਇੱਥੇ ਹੀ ਹਾਂ। ਅਤੇ ਬਾਕੀ ਆ ਜਨਾਬ ਕਰੋ ਸ਼ੌਕ, ਠੀਕ ਹੈ। ਅਤੇ ਬਾਕੀ ਰਹਿ ਗਈ ਗੱਲ ਬੋਸ, ਸਾਡੇ ਬਾਬੇ ਕੱਪੜੇ ਪੈਸਿਆਂ ਉੱਤੇ ਨਾ ਬਾਬਾ ਕੱਪੜੇ ਪਾ ਕੇ ਬਗੈਰ ਬੈਠਾ ਵਾ, ਤੁਹਾਡਿਆਂ ਦੇ ਪਾ ਕੇ ਬੈਠਾ, ਠੀਕ ਹੈ। ਕਾਸਮ ਭਾਈ ਤੁਹਾਨੂੰ ਕਹਿ ਰਿਹਾ ਵਾਂ, ਠੀਕ ਹੈ। ਅਸੀਂ ਤਾਂ ਕਦੀ ਲੱਖ ਲੱਖ ਦੀ ਨਹੀਂ ਟੈਨਸ਼ਨ ਲਈ, ਤੁਹਾਡੇ 25,000 ਦੀਆਂ ਚੀਕਾਂ ਪਵਾਤੀਆਂ ਨੇ, ਇੱਥੇ ਹੀ ਆ, ਮੈਂ ਕਿਤੇ ਵੀ ਨਹੀਂ ਚੱਲਾਂ। ਬਾਕੀ ਕੋਈ ਸੋਚ ਸਮਝ ਕੇ ਕੰਮ ਕਰਿਆ ਕਰੋ, ਠੀਕ ਹੈ। ਆ ਜਨਾਬ ਕਰੋ ਸ਼ੌਕ, ਆਹ ਨਾਰਾ ਹੈਗਾ ਜੀ, ਆਹ ਦੋਵੇਂ। ਇਹਦੇ ਬੰਦਾ ਦਾ ਸਿਸਟਮ ਨਿਜ਼ਾਮ ਜਿਹੜਾ ਥੋੜ੍ਹਾ ਜਿਹਾ ਆਇਆ ਹੁੰਦਾ ਵਾ, ਠੀਕ ਹੈ। ਤਾਂ ਤੁਸੀਂ ਨਾਲ ਹੀ ਚੀਕਾਂ ਛੱਡਣ ਲੱਗ ਪਿਆ ਕਰੋ, ਕਿ ਭੱਜ ਗਏ ਅਸੀਂ, ਜਾਮ ਨਹੀਂ ਲੜਦਾ ਜੀ। ਕਰਵਾਵਾਂਗਾ ਤੁਹਾਨੂੰ ਵੀਡੀਓ, ਥੋੜ੍ਹੀ ਲੰਬੀ ਹੋਣੀ, ਐਂਡ ਤੱਕ ਵੇਖ ਲੈਣਾ, ਆਮ ਆਦੀ ਹੈ, ਠੀਕ ਹੈ। ਜੇ ਘੱਟ ਚੀਕਾਂ ਮਾਰਿਆ ਕਰੋ ਜਨਾਬ, ਕਿਸੇ ਦਾ ਕਿਤੇ ਕੁਛ ਨਹੀਂ ਚੱਲਾ। ਮੈਂ 5-7 ਸਾਲ ਗੱਲ ਲੈਣੇ ਇਹਦੇ ਵਿੱਚ, ਕਿਤੇ ਨਹੀਂ ਚੱਲੇ ਅਸੀਂ, ਇੱਥੇ ਹੀ ਹਾਂ। ਬਾਕੀ ਕੋਈ ਵਾਧੇ ਘਾਟੇ ਜ਼ਿੰਦਗੀ ਦੇ ਨਾਲ ਆ ਜਾਂਦੇ ਹੁੰਦੇ ਨੇ, ਤੁਸੀਂ ਟੈਨਸ਼ਨ ਹੀ ਲੈਣ ਲੱਗ ਪੈਂਦੇ ਹੋ। ਆਹ ਲੋਹੇ ਦਾ ਪਰ ਚੈੱਕ ਕਰੋ, ਠੀਕ ਹੈ। ਆਹ ਖੋਲ੍ਹ ਕੇ ਮੈਂ ਤਦ ਆ ਰਿਹਾ ਕਿ ਇਹਦੀਆਂ ਸਿਲਾਈਆਂ ਨਜ਼ਰ ਆ ਜਾਂਦੀਆਂ ਨੇ, ਠੀਕ ਹੈ। ਬੰਦ ਟੇਲ, ਬੰਦ ਜੋੜ, ਪ੍ਰਮੋਦ ਹੈਗੀ ਜੀ। ਆ ਜੇ ਜਨਾਬ ਉਹ ਕਾਂਟੇ ਵਾਲੀ ਮਾਦੀ ਦੇ ਨਾਲ ਦਾ ਨਾਰ ਚੀਨਾ, ਠੀਕ ਹੈ। ਬਾਕੀ ਦਿਲ ਭੇਜਣ ਦੀ ਗੱਲ ਹੁੰਦੀ ਹੈ ਬੋਸ, ਮੈਂ ਕਿਹੜਾ ਚਿੱਠੀਆਂ ਪਾਉਂਦਾ ਵਾਂ, ਠੀਕ ਹੈ। ਆਪਣੇ ਵਾਰੀ ਤੁਸੀਂ ਨਾਲ ਹੀ ਮੂੰਹ ਬਣਾ ਕੇ ਅਤੇ ਪੋਸਟਾਂ ਅਤੇ ਫਲਾਨਾ ਅਤੇ ਢਮਕਾਨਾ ਅਤੇ ਯੇ ਅਤੇ ਉਹ, ਅਸੀਂ ਉਹ ਪੋਸਟਾਂ ਲਾਈਏ ਤਾਂ ਫਿਰ ਤੁਹਾਨੂੰ ਗੁੱਸਾ ਲੱਗਦਾ, ਚੀਕਾਂ ਨਾ ਨਾ ਮਾਰਿਆ ਕਰੋ ਫਿਰ, ਗੁੱਸਾ ਨਹੀਂ ਮੇਰਾ ਕਿਸੇ ਵੀ ਦੋਸਤ ਨੇ ਕਰਨਾ, ਠੀਕ ਹੈ। ਜੈਨੂਅਨ ਤੁਹਾਨੂੰ ਗੱਲ ਮੈਂ ਬੀਤੀ ਸੁਣਾ ਰਿਹਾ ਵਾਂ, ਠੀਕ ਹੈ। ਇੱਕ ਦੋਸਤ ਹੋਰ ਦਾ ਵੀ ਆ, ਠੀਕ ਆ, ਉਹ ਵੀ ਸਾਲ ਬਾਅਦ ਮੁੜੇ ਨੇ ਅਤੇ ਹੁਣ ਚੀਕਾਂ ਆ ਰਹੀਆਂ ਨੇ ਸਾਰਿਆਂ ਦੀਆਂ, ਅਸੀਂ ਵੀ ਬਥੇਰੀਆਂ ਚੀਕਾਂ ਮਾਰਦੇ ਹਾਂ ਇੱਦਾਂ ਹੀ। ਆਹ ਵੀ ਜੋੜਾ ਬਹੁਤ ਚੰਗਾ ਜੀ, ਲਓ ਜੀ, ਆ ਜੀ ਉਹ ਕਾਂਟੇ ਵਾਲੀ ਮਾਦੀ, ਠੀਕ ਹੈ। ਕੋਈ ਦੋਸਤ ਗੁੱਸਾ ਨਾ ਕਰਿਓ, ਠੀਕ ਹੈ। ਵਾਧੀਆਂ ਘਾਟੀਆਂ ਫਿਰ ਨਾਲ ਨਾਲ ਜ਼ਿੰਦਗੀ ਦੇ ਹੁੰਦੀਆਂ ਰਹਿੰਦੀਆਂ ਨੇ ਅਤੇ ਅਲਹਮਦੁਲਿਲਾ ਕੋਈ ਜ਼ਹਿਨ ਨਹੀਂ ਆਪਣਾ ਇੱਦਾਂ ਦਾ ਹੁੰਦਾ, ਠੀਕ ਹੈ। ਕੋਸ਼ਿਸ਼ ਇਹੀ ਕਰੀ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ, ਲੇਕਿਨ ਹੈ ਨਾ ਗਾਹਕ ਹੋਰਾ ਤਮੀਜ਼ ਨਹੀਂ ਕਰਦਾ, ਠੀਕ ਹੈ।
ਉਹ ਕਹਿੰਦਾ ਪਤਾ ਨਹੀਂ ਸਾਡੇ ਹੀ ਆ, ਬਸ ਲੈ ਕੇ ਨਿਕਲ ਜਾਣਾ ਆ ਅਤੇ ਇੰਝ ਹੋ ਜਾਣਾ ਕੁਛ ਹੀ ਕਿਤੇ ਵੀ ਨਹੀਂ ਚੱਲਾ। ਠੀਕ ਆ, ਬਾਕੀ ਆ ਦੁਆਵਾਂ ਦਿਓ ਗੌਰਮੈਂਟ ਦੀ, ਐਸੀ ਦੀ ਤੈਸੀ, ਜਿਹਨੇ ਪੜ੍ਹਨੇ ਪਾਇਆ ਹੋਇਆ ਸਾਰਿਆਂ ਨੂੰ। ਯਾਰ ਲਓ ਜੀ ਆਹ ਜੋੜਾ ਵਾ, ਠੀਕ ਹੈ, ਮੈਲੀਆਂ ਅੱਖਾਂ ਦਾ ਵਾ, ਲੇਕਿਨ ਇਸ ਟਾਈਮ ਨਜ਼ਰ ਬੰਦ ਅੱਖ ਹੀ ਆਉਣੀ ਹੈ ਇਹਦੀ। ਠੀਕ ਹੈ, ਜੇ ਨਹੀਂ ਨਜ਼ਰ ਆ ਰਹੀ ਆਂਡਿਆਂ 'ਤੇ ਆਈ ਹੈ ਮਾਦੀ। ਠੀਕ ਹੈ, ਆਹਦਾ ਪੱਲਾ ਵਾ, ਘੁੱਟਣੀ ਨਹੀਂ ਬਹੁਤੀ। ਠੀਕ ਹੋ ਗਿਆ, ਆਹ ਇਹਦਾ ਨਰ ਹੈਗਾ ਜੀ। ਬਾਕੀ ਕਿਸੇ ਦੋਸਤ ਨੇ ਕੋਈ ਗੁੱਸਾ ਨਹੀਂ ਕਰਨਾ, ਠੀਕ ਹੈ, ਜਿਹਦਾ ਇਹਦਾ ਸਮਾਨ ਆ ਸਿਸਟਮ ਆ ਪੂਰਾ ਹੋ ਜਾਏਗਾ ਇਨਸ਼ਾਅੱਲਾ। ਬਾ ਵਕਤ ਦਾ ਤਕਾਜ਼ਾ ਹੁੰਦਾ ਵਾ, ਕੁਛ ਸਮਝਿਆ ਵੀ ਕਰੋ, ਲਾ ਪਾ ਕੇ 5-7 ਸਾਲਾਂ ਦੀ ਰੱਖ ਦਿੰਦੇ ਤੁਸੀਂ ਗਿਟਿਆਂ 'ਚ, ਆਪਣੇ ਵਾਰੀ ਬਰਦਾਸ਼ਤ ਕਰਿਆ ਕਰੋ ਥੋੜ੍ਹਾ ਜਿਹਾ ਯਾਰ, ਕਿਤੇ ਨਹੀਂ ਚੱਲੇ ਇੱਥੇ ਹੀ ਅਸੀਂ। ਜਿੰਨਾ ਸਾਥ ਮੈਂ ਤੁਹਾਡਾ ਦਿੱਤਾ ਹੈ ਨਾ, ਤੁਸੀਂ ਆਟੇ ਲੂਣ ਵੀ ਨਹੀਂ ਕੀਤਾ ਕਿਸੇ ਨੇ। ਠੀਕ ਹੈ, ਜਿਨ੍ਹਾਂ ਨੇ ਕੀਤਾ ਉਹਦਾ ਵੀ ਪਤਾ ਮੈਨੂੰ, ਅਤੇ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਦਾ ਵੀ ਪਤਾ, ਅਤੇ ਬਾਕੀ ਅੱਲਾ ਖੈਰ ਕਰੋ, ਕੋਈ ਨਹੀਂ, ਇਹ ਜ਼ਿੰਦਗੀ ਦੇ ਮੇਲੇ ਹੁੰਦੇ ਨੇ, ਇਹਦੇ ਵਿੱਚ ਮਾਇੰਡ ਮੈਂ ਨਾ ਤੁਹਾਡਾ ਕਰਨਾ ਵਾ ਅਤੇ ਨਾ ਕਰਿਆ ਕਰੋ। ਠੀਕ ਹੈ, ਇਹ ਵਕਤ ਦਾ ਤਕਾਜ਼ਾ ਜੀ ਸਾਰਾ। ਆਹ 3 ਜੋੜੇ ਨਾ ਤੁਸੀਂ ਹੁਣ ਦੇਖ ਲਿਓ, ਠੀਕ ਹੈ, ਅਤੇ ਬਾਕੀ ਅੱਲਾ ਖੈਰ ਕਰੇ ਜਨਾਬ, ਕਿਸੇ ਦੋਸਤ ਨੇ ਮਾਇੰਡ ਨਹੀਂ ਕਰਨਾ, ਗੁੱਸਾ ਨਹੀਂ ਕਰਨਾ, ਸਾਰਿਆਂ ਸਿਸਟਮ ਨਿਜ਼ਾਮ ਉੱਥੇ ਹੀ ਆ, ਉੱਥੇ ਹੀ ਰਹੇਗਾ ਇਨਸ਼ਾਅੱਲਾ। ਬਸ ਇਹਦੇ ਜ਼ਿੰਦਗੀ ਦਾ ਇੱਕ ਹਿੱਸਾ ਹੁੰਦਾ, ਉਤਰਾਵ ਚੜਾਵ ਜ਼ਿੰਦਗੀ ਦੇ ਵਿੱਚ ਆ ਜਾਂਦੇ ਨੇ। ਠੀਕ ਹੈ, ਅਲਹਮਦੁਲਿਲਾ, ਆਪਣਾ ਇਹ ਜ਼ਿਹਨ ਵੀ ਨਹੀਂ ਹੈ ਜਿੱਦਾਂ ਦਾ ਲੋਕਾਂ ਨੇ ਸਮਝ ਲਿਆ ਵਾ। ਠੀਕ ਹੈ, ਇਹ ਤਾਂ ਬਸ ਵਕਤ ਦਾ ਤਕਾਜ਼ਾ ਵਾ, ਇਨਸ਼ਾਅੱਲਾ ਲੰਘ ਜਾਏਗਾ। ਬਾਕੀ ਤੁਸੀਂ ਕਰੋ ਸ਼ੌਕ, ਠੀਕ ਹੈ, ਅਤੇ 3 ਜੋੜੇ ਨੇ, ਅਤੇ ਬਾਕੀ ਜਨਾਬ ਇਨਸ਼ਾਅੱਲਾ ਜ਼ਿੰਦਗੀ ਰਹੇ, ਬਾਕੀ ਕਿਤੇ ਨਹੀਂ ਚੱਲੇ ਆਪਾਂ, ਇੱਥੇ ਹੀ ਹਾਂ। ਅਤੇ ਅੱਜ ਤਾਂ ਸਾਰਾ ਟੋਪਿਕ ਇੱਥੇ ਆ ਗਿਆ ਵਾ ਗੁੱਸੇ ਦੇ ਵਿੱਚ। ਠੀਕ ਹੈ, ਦੇਖੋ ਅਸੀਂ ਤਾਂ ਕਦੀ ਨਹੀਂ ਚੀਕਾਂ ਮਾਰੀਆਂ ਜਾਂ ਕਿਸੇ ਦੀਆਂ ਪੋਸਟਾਂ ਲਵਾਈਆਂ। ਠੀਕ ਹੈ, ਮੈਨੂੰ ਆਹ ਅਫਸੋਸ ਹੋਇਆ ਕਿ ਯਾਰ ਗਰੁੱਪ ਆਪਣਾ ਕਿਸੇ ਨੇ ਕੀਤਾ ਅਤੇ ਉਹਨੂੰ ਆਪ ਪਤਾ ਮੈਂ ਕੀ ਕੀਤਾ ਉਹਨਾਂ ਨਾਲ। ਠੀਕ ਹੈ, ਕਰਦਾ ਹੁੰਦਾ ਵਾ ਬੰਦਾ, ਜ਼ਲੀਲ ਹੀ ਕਰਦਾ ਹੀ ਆ। ਠੀਕ ਹੈ, ਕੁਛ ਵੀ ਨਹੀਂ। ਠੀਕ ਹੈ, ਅਤੇ ਬਾਕੀ ਰਹਿ ਗਈ ਗੱਲ।